ਸਾਹਿਬ ਵਿਖੇ ਅੱਜ ਹਰਪ੍ਰੀਤ ਸਿੰਘ ਸੰਧੂ ਐਡਵੋਕੇਟ ਵੱਲੋਂ 2019 ਦਾ ਕੈਲੰਡਰ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਭੇਟ ਕੀਤਾ ਗਿਆ। ਇਸ ਕੈਲੰਡਰ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੀ ਤਸਵੀਰ, ਸਰੋਵਰ ਦੀਆਂ ਤਸਵੀਰਾਂ ਦੇ ਨਾਲ ਨਾਲ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਤਸਵੀਰਾਂ ਦਰਸਾਈ ਗਈਆਂ ਹੈ। SGPC ਤੋਂ ਬਾਅਦ ਇਹ ਕੈਲੰਡਰ ਪੰਜਾਬ ਦੇ ਬਾਕੀ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਦਿੱਤੇ ਜਾਣਗੇ। ਸੰਧੂ ਐਡਵੋਕੇਟ ਵੱਲੋਂ ਇੱਕ ਕੈਲੰਡਰ ਮੈਨੂੰ ਭੇਟ ਕੀਤਾ ਗਿਆ ਹੈ ਔਰ ਜਿਹਦੇ ਵਿੱਚ ਬਹੁਤ ਹੀ ਸੁੰਦਰ ਜਿੱਥੇ ਜਿੱਥੇ ਗੁਰੂ ਸਾਹਿਬਾਨ ਗਏ ਨੇ ਉਹਨਾਂ ਸਥਾਨਾਂ ਦੀਆਂ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੀਆਂ ਬਹੁਤ ਹੀ ਸੁੰਦਰ ਤਸਵੀਰਾਂ ਜਿਹੜੀਆਂ ਨੇ ਇਸ ਕੈਲੰਡਰ ਦੇ ਵਿੱਚ ਇਹਨਾਂ ਨੇ ਦਰਜ ਕੀਤੀਆਂ ਗਈਆਂ ਨੇ ਅਤੇ ਬਹੁਤ ਹੀ ਇੱਕ ਸੁੰਦਰ ਜਿਹੜਾ ਹੈ ਕੈਲੰਡਰ ਇਹਨਾਂ ਨੇ ਇਹ ਤਿਆਰ ਕੀਤਾ ਗਿਆ ਜਿਸ ਦੇ ਨਾਲ ਸਾਡੇ ਕੈਲੰਡਰ ਦੇ ਨਾਲ ਨਾਲ ਗੁਰੂ ਸਾਹਿਬਾਨਾਂ ਦੇ ਗੁਰਦੁਆਰਾ ਸਾਹਿਬਾਨਾਂ ਦੇ ਵੀ ਜਿਹੜੇ ਨੇ ਉਹ ਦਰਸ਼ਨ ਹੋਣਗੇ ਤਾਂ ਉਹਨਾਂ ਗੁਰੂ ਸਾਹਿਬਾਨਾਂ ਦੇ ਜਿੱਦਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦਿਆਂ ਸਾਨੂੰ ਉੱਥੋਂ ਦੇ ਇਤਿਹਾਸ ਦਾ ਵੀ ਜਿਹੜਾ ਹੈ ਇਹ ਪਤਾ ਚੱਲਦਾ। ਇਸ ਗੱਲ ਦੀ ਮੈਂ ਇਸ ਐਡਵੋਕੇਟ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਇਹ ਜਿਹੜਾ ਕੈਲੰਡਰ ਹੈ ਅੱਜ ਦਸਾਂ ਗੁਰੂਆਂ ਦੀ ਜਗਦੀ ਪਾਵਨ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਮਹਾਰਾਜ ਦਾ ਓਟ ਆਸਰਾ ਤੱਕਦੇ ਹੋਏ ਇਹ ਜਿਹੜਾ ਕੈਲੰਡਰ ਖੁਸ਼ੀਆਂ ਖੇੜੇ ਸਰਬੱਤ ਦੇ ਵਿਹੜੇ ਸਾਲ 2019 ਦਾ ਇਹ 14 ਪੇਜ ਦਾ ਕੈਲੰਡਰ ਜੋ ਇੱਕ ਤਸਵੀਰਾਂ ਦੇ ਰੂਪ ਵਿੱਚ ਜਿਹੜੀਆਂ ਤਸਵੀਰਾਂ ਸ਼੍ਰੀ ਹਰਿਮੰਦਰ ਸਾਹਿਬ ਅਤੇ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਖਿੱਚੀਆਂ ਗਈਆਂ ਸੀ ਉਹਨਾਂ ਤਸਵੀਰਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਉੱਚੋਂ ਨਾਲ ਇਹ ਜਿਹੜਾ ਕੈਲੰਡਰ ਹੈ 550ਵੇਂ ਪ੍ਰਕਾਸ਼ ਪੁਰਬ ਜੋ ਗੁਰੂ ਨਾਨਕ ਦੇਵ ਜੀ ਦਾ ਹੈ ਉਹਨਾਂ ਨੂੰ ਸਮਰਪਿਤ ਹੈ। ਇਹ ਕੈਲੰਡਰ ਡੈਡੀਕੇਟ ਗੁਰੂ ਨਾਨਕ ਦੇਵ ਜੀ ਦੇ 550th ਬਰਥ ਐਨੀਵਰਸਰੀ ਨੂੰ ਕੀਤਾ ਗਿਆ ਹੈ। ਇਹ ਕੈਲੰਡਰ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਦੇ ਇਨਸਾਈਡ ਕੰਪਲੈਕਸ ਦੀਆਂ, ਸਰੋਵਰ ਦੀਆਂ ਅਤੇ ਉਸ ਤੋਂ ਇਲਾਵਾ ਜਿਹੜਾ ਦਰਬਾਰ ਸਾਹਿਬ ਹੈ ਅੰਮ੍ਰਿਤ ਤਰਨ ਤਾਰਨ ਜੋ ਕਿ ਸਾਡਾ ਸਾਰਿਆਂ ਨਾਲੋਂ ਵੱਡਾ ਸਰੋਵਰ ਉੱਥੇ ਹੈ ਉੱਥੇ ਦੀਆਂ ਉੱਥੇ ਦੇ ਆਰਕੀਟੈਕਚਰਲ ਵਰਕ ਦੀਆਂ ਜਿਹੜੀਆਂ ਕਿ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈਆਂ ਸੀ ਅਤੇ ਉੱਥੇ ਜਿਹੜੀਆਂ ਪ੍ਰੀਚਿੰਗਸ ਗੁਰੂ ਨਾਨਕ ਦੇਵ ਜੀ ਦੀਆਂ ਨੇ ਉਹਨਾਂ ਨੂੰ ਕੈਪਚਰ ਕੀਤਾ ਹੈ ਔਰ ਅੱਜ ਇਹ ਕੈਲੰਡਰ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਪ੍ਰਧਾਨ ਨੇ ਸਰਦਾਰ ਲੌਂਗੋਵਾਲ ਸਾਹਿਬ ਨੂੰ ਇਹ ਸੱਚਖੰਡ ਦਰਬਾਰ ਸਾਹਿਬ ਵਿਖੇ ਭੇਂਟ ਕੀਤਾ।